ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸੰਗਤ ਆਪਣੇ ਆਪਣੇ ਤਰੀਕੇ ਨਾਲ ਮਨਾ ਰਹੀ ਹੈ। ਇਸ ਸਮੇਂ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਫਾਈਨਲ ਆਰਟਸ ਡਿਪਾਰਟਮੈਂਟ ਦੀ ਪ੍ਰਬਲੀਨ ਨੇ ਜਪਜੀ ਸਾਹਿਬ ਦੇ ਸ਼ਬਦਾਂ ਨਾਲ ਦੁਨੀਆ ਨੂੰ ਗੁਰੂ ਨਾਨਕ ਦੇਵ ਜੀ ਦੇ ਦੀਦਾਰ ਕਰਵਾਏ। ਪ੍ਰਬਲੀਨ ਨੇ ਉਹਨਾਂ ਦੀ ਜੋ ਪੇਂਟਿੰਗ ਬਣਾਈ ਹੈ ਉਸ ਨੂੰ ਜਪਜੀ ਸਾਹਿਬ ਪਾਠ ਦੇ ਸ਼ਬਦਾਂ ਨਾਲ ਬਣਾਇਆ ਗਿਆ ਹੈ। ਇਹਨਾਂ ਸ਼ਬਦਾਂ ਨੂੰ ਇਸ ਤਰੀਕੇ ਨਾਲ ਲਿਖਿਆ ਗਿਆ ਹੈ ਕਿ ਬੋਰਡ ਤੇ ਗੁਰੂ ਸਾਹਿਬ ਦੇ ਦੀਦਾਰ ਹੋ ਰਹੇ ਹਨ। ਪ੍ਰਬਲੀਨ ਨੂੰ ਚਿੱਤਰ ਤਿਆਰ ਕਰਨ ਦੇ ਵਿੱਚ 3 ਮਹੀਨੇ ਲੱਗੇ। ਇੱਕ ਦਿਨ ਵਿੱਚ ਰੋਜ਼ਾਨਾ ਦੀ ਤਰ੍ਹਾਂ ਜਪਜੀ ਸਾਹਿਬ ਦਾ ਪਾਠ ਕਰ ਰਹੀ ਸੀ। ਪਾਠ ਪੂਰਾ ਕਰਨ ਦੇ ਬਾਅਦ ਉਸਨੂੰ ਲੱਗਿਆ ਕਿ ਉਸਨੂੰ ਵੱਖ ਤਰੀਕੇ ਨਾਲ ਦੁਨੀਆ ਦੇ ਸਾਹਮਣੇ ਰੱਖਣਾ ਚਾਹੀਦਾ ਹੈ, ਜਿਸ ਨਾਲ ਗੁਰੂ ਨਾਨਕ ਦੇਵ ਜੀ ਦੇ ਦੀਦਾਰ ਦੁਨੀਆ ਕਰ ਸਕੇ। ਚਿੱਤਰ ਤਿਆਰ ਕਰਨ ਦੇ ਵਿੱਚ ਕੈਲੀਗ੍ਰਾਫੀ ਬਲੈਕ ਪੈਨ ਦੀ ਵਰਤੋਂ ਕੀਤੀ ਗਈ ਸੀ। ਮੈਂ ਇੱਥੇ MA ਫਾਈਨ ਆਰਟਸ ਕਰ ਰਹੀ ਹਾਂ ਪੰਜਾਬੀ ਯੂਨੀਵਰਸਿਟੀ, ਅਤੇ ਮੇਰਾ 2nd ਈਅਰ ਹੈ। ਅਤੇ ਜਿਸ ਤਰ੍ਹਾਂ ਆਪਾਂ ਸਭ ਨੂੰ ਪਤਾ ਵੀ 550ਵਾਂ ਸਾਲ ਆ ਰਿਹਾ ਸੀਗਾ ਨੇੜੇ, ਅਤੇ ਇਸ ਕਰਕੇ ਮੈਂ ਇੱਕ ਦਿਨ ਪਾਠ ਕਰ ਰਹੀ ਸੀਗੀ ਅਤੇ ਉਦੋਂ ਮੇਰੇ ਦਿਮਾਗ 'ਚ ਆਇਆ ਕਿ ਮੈਂ ਜਪਜੀ ਸਾਹਿਬ ਦੇ ਪਾਠ ਨੂੰ ਕੁਛ ਹੋਰ ਮਤਲਬ ਹੋਰ ਤਰੀਕੇ ਨਾਲ ਪੇਸ਼ ਕੀਤਾ ਜਾਏ। ਜੇ ਮੈਂ ਆਪਣਾ ਇੱਕ ਕਲਾ ਕਰਦੀ ਹਾਂ ਤਾਂ ਉਸਦੇ ਰਿਲੇਟਿਡ ਵੀ ਮਤਲਬ ਮੈਂ ਕਿਸੇ ਹੋਰ ਤਰੀਕੇ ਨਾਲ ਆਪਣੀ ਕਲਾ ਨੂੰ ਪੇਸ਼ ਕੀਤਾ। ਅਤੇ ਫਿਰ ਮੈਂ ਮਤਲਬ ਇੱਦਾਂ ਗੁਰੂ ਨਾਨਕ ਦੇਵ ਜੀ ਦੀ ਇੱਕ ਪਿਕਚਰ ਬਣਾਈ, ਜਿੱਥੋਂ ਮੈਨੂੰ ਮਤਲਬ ਮੈਨੂੰ ਇਹ ਚੀਜ਼ ਲੱਗੀ ਵੀ ਮੈਂ ਇਹਦੇ ਉੱਤੇ ਆਪਣਾ ਪਾਠ ਵੀ ਬਣਾ ਕਰ ਸਕਦੀ ਹਾਂ, ਪਾਠ ਵੀ ਲਿਖ ਸਕਦੀ ਹਾਂ। ਅਤੇ ਉਸ ਟਾਈਮ ਫਿਰ ਮੈਂ ਆਪਣਾ ਪਾਠ ਲਿਖਣਾ ਸ਼ੁਰੂ ਕੀਤਾ। ਇਹਨੂੰ ਮੈਨੂੰ 3 ਮਹੀਨੇ ਲੱਗ ਗਏ ਸੀਗੇ ਅਤੇ ਇਹ ਕੈਲੀਗ੍ਰਾਫੀ ਪੈਨ ਦੇ ਨਾਲ ਬਣਾਇਆ। ਕਿਵੇਂ ਸਿੱਖਿਆ ਮਨ ਵਿੱਚ, ਕਿਵੇਂ ਮਤਲਬ ਕਦੀ ਘਰਦੇ ਨੇ ਤੁਹਾਨੂੰ ਪੁੱਛਿਆ ਕਿਵੇਂ? ਸਰ ਮੇਰੇ ਸਾਰੇ ਮਤਲਬ ਘਰ ਦੇ ਜਿਹੜੇ ਨੇਗੇ ਉਹ ਸਾਰੇ ਅੰਮ੍ਰਿਤਧਾਰੀ ਨੇਗੇ, ਅਤੇ ਜਿਸ ਕਰਕੇ ਉਹਨਾਂ ਨੂੰ ਵੀ ਇਹ ਚੀਜ਼ ਵਧੀਆ ਲੱਗਦੀ ਹੈ ਅਤੇ ਸਾਰੇ ਹੀ ਇਸ ਚੀਜ਼ ਨੂੰ ਬਹੁਤ ਵਧੀਆ ਸਮਝਦੇ ਨੇਗੇ। ਅਤੇ ਹੁਣ ਦੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ, ਜਿਹੜੇ ਯੂਥ ਅੱਜ ਦਾ ਕੀ ਨਾ ਹੋਰਾ ਕਮਾਲ ਤੁਰੀ ਫਿਰਦਾ, ਤਾਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ? ਹਾਂਜੀ ਸਰ, ਵੀ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਵੀ ਆਸ ਪਾਸ ਦੀ ਜਿਹੜੀ ਦੁਨੀਆ ਜਿਸ ਤਰੀਕੇ ਨਾਲ ਆਪਾਂ ਤੌਰ ਤਰੀਕੇ ਨਾਲ ਰਹਿ ਰਹੇ ਹਾਂ, ਉਹ ਅੱਜ ਕੱਲ੍ਹ ਆਪਣੀ ਜਿਹੜੀ ਸਿੱਖੀ ਹੈ ਉਸ ਚੀਜ਼ ਤੋਂ ਆਪਾਂ ਟੁੱਟਦੇ ਜਾ ਰਹੇ ਹਾਂ। ਅਤੇ ਜੇ ਆਪਾਂ ਇਸ ਚੀਜ਼ ਨੂੰ ਧਿਆਨ ਵਿੱਚ ਲੈ ਕੇ ਵੀ ਆਪਣਾ ਜਿਸ ਤਰ੍ਹਾਂ ਤਰੀਕੇ ਨਾਲ ਪਾਠ ਪੂਜਾ ਕਰੀਏ ਤਾਂ ਕਿ ਆਪਾਂ ਸਿੱਧੇ ਰਸਤੇ ਚੱਲੀਏ। ਕਾਫੀ ਰਿਸਪੋਂਸ ਆ ਰਿਹਾ, ਕਈ ਲੋਕ ਇਸ ਚੀਜ਼ ਨੂੰ ਦੇਖ ਕੇ ਬਹੁਤ ਪ੍ਰਸੰਨ ਹੋ ਰਹੇ ਨੇਗੇ ਅਤੇ ਕਾਫੀ ਜਣੇ ਆ ਕੇ ਇੱਥੋਂ ਦੇਖਣ ਵੀ ਆ ਰਹੇ ਨੇਗੇ। ਅਤੇ ਕਈ ਮੇਰੇ ਫਰੈਂਡਸ ਵੀ ਜਿਵੇਂ ਹੋ ਗਏ ਜਾਂ ਮੇਰੇ ਟੀਚਰਸ ਵੀ, ਉਹ ਵੀ ਬਹੁਤ ਇਸ ਚੀਜ਼ ਨੂੰ ਲਾਈਕ ਕਰ ਰਹੇ ਨੇ, ਕਾਫੀ ਫੋਟੋਜ਼ ਵਗੈਰਾ ਖਿੱਚੀਆਂ ਜਾ ਰਹੀਆਂ ਨੇ ਅਤੇ ਜ਼ੂਮ ਕਰ ਕਰਕੇ ਵੀ ਦੇਖਿਆ ਜਾ ਰਿਹਾ ਵੀ ਕਿੱਦਾਂ ਮਤਲਬ ਕਿਸ ਤਰੀਕੇ ਨਾਲ ਬਣਾਇਆ ਗਿਆ। ਅਤੇ ਬਾਕੀ ਮੈਂ ਸੋਸ਼ਲ ਮੀਡੀਆ 'ਤੇ ਵੀ ਇਹ ਅਪਲੋਡ ਕੀਤੀਆਂ ਸੀਗੀਆਂ, ਉੱਥੇ ਵੀ ਬਹੁਤ ਬਹੁਤ ਵਧੀਆ ਰਿਸਪੋਂਸ ਆਇਆ, ਤਾਂ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇੱਦਾਂ ਦੀ ਚੀਜ਼ ਨੂੰ ਕਾਫੀ ਧਿਆਨ ਨਾਲ ਕਾਫੀ ਗੌਰ ਦੇ ਨਾਲ ਲੋਕ ਦੇਖਦੇ ਨੇਗੇ।